ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਔਨ ਏਅਰ ਨਾਲ। ਮੈਂ ਹਾਂ ਚਰਨਜੀਤ ਜੋਸ਼ੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੇ ਇੱਕ ਵਾਅਦਾ ਕੀਤਾ ਗਿਆ ਕਿ ਤੁਹਾਡੀ ਸਰਕਾਰ ਤੁਹਾਡੇ ਦਰਬਾਰ ਦੇ ਤਹਿਤ ਅੱਜ ਪਟਿਆਲਾ ਦੀ ਸਰਕਟ ਹਾਊਸ ਵਿਖੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਜਿਹੜੀ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਹਾਂ ਕਿ ਲੋਕਾਂ ਦੀ ਜਿਹੜੀ ਭੀੜ ਹੈ, ਕਿਉਂਕਿ ਹਰ ਇੱਕ ਦੀ ਕੋਈ ਦੁੱਖ ਹੈ, ਕੋਈ ਤਕਲੀਫ ਹੈ, ਤਾਂ MLA ਸਾਹਿਬ ਪਹਿਲ ਦੇ ਆਧਾਰ ਤੇ ਉਹਨੂੰ ਪੂਰਾ ਕਰਦੇ ਹਾਂ ਸਾਡੇ ਨਾਲ MLA ਸਾਹਿਬ। MLA ਸਾਹਿਬ, ਜਨਮ ਅਸ਼ਟਮੀ ਦਾ ਦਿਨ ਹੈ, ਪਹਿਲਾਂ ਤਾਂ ਤੁਹਾਨੂੰ ਜਨਮ ਅਸ਼ਟਮੀ ਦੀ ਮੁਬਾਰਕਾਂ ਜੀ। ਤੇ ਦੁਨੀਆ ਬਹੁਤ ਆ ਰਹੀ ਹੈ, ਕਿਵੇਂ ਇਹ ਰੂਟੀਨ ਚੱਲਦਾ ਤੁਹਾਡਾ, ਕਿਆ ਆਫੀਸਰ ਵੀ ਨਾਲ ਹੈ, ਔਰ ਕਿਵੇਂ ਕਿਵੇਂ ਦਾ ਕੰਮ ਕਰ ਰਹੇ ਹੋ? ਦੇਖੋ, ਇਹ ਸਾਡੀ ਸਰਕਾਰ ਦੀ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀਆਂ ਹਦਾਇਤਾਂ ਨੇ, ਜੋ ਰਹਿਨੁਮਾਈ ਸਾਡੀ ਭਗਵੰਤ ਮਾਨ ਜੀ ਸੀਐਮ ਸਾਹਿਬ ਪੰਜਾਬ ਕਰ ਰਹੇ ਨੇ, ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ ਨੇ ਕਿ ਅਸੀਂ ਜਿਹੜਾ ਹੈ ਲੋਕਾਂ ਦੇ ਵਿੱਚ ਰਹਿਣਾ, ਇੱਕ ਕਨੈਕਟ ਬਣਾ ਕੇ ਰੱਖਣਾ ਪਬਲਿਕ ਦੇ ਨਾਲ। ਉਹ ਕਨੈਕਟ ਤਾਂ ਹੀ ਬਣੂਗਾ ਜਦੋਂ ਅਸੀਂ ਉਹਨਾਂ ਦੇ ਵਿੱਚ ਰਹਾਂਗੇ, ਉਹਨਾਂ ਵਰਗੇ ਬਣ ਕੇ ਰਹਾਂਗੇ। ਸੋ ਤੁਸੀਂ ਦੇਖਿਆ ਇੱਥੇ ਮਾਹੌਲ ਬਿਲਕੁਲ ਜਿਹੜਾ ਹੈ ਫੈਮਿਲੀ ਵਾਲਾ ਮਾਹੌਲ ਹੈ। ਹਰ ਬੰਦਾ ਜਿਹੜਾ ਹੈ ਜੀ ਆਇਆਂ ਉਹਨੂੰ ਕੀਤਾ ਜਾਂਦਾ ਹੈ, ਔਰ ਆ ਕੇ ਆਪਣੀ ਗੱਲ ਦੱਸ ਦਿੰਦੇ ਅਤੇ ਨਾਲ ਦੀ ਨਾਲ ਉਸਨੂੰ ਐਡਰੈਸ ਕੀਤਾ ਜਾਂਦਾ ਹੈ। ਤੁਸੀਂ ਖੁਦ ਬੜੀ ਦੇਰ ਦੇ ਬੈਠੇ ਹੋ, ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਵਨ ਆਫਟਰ ਦੀ ਅਦਰ ਇੱਕ ਇੱਕ ਇਸ਼ੂ ਨੂੰ ਨਾਲ ਦੀ ਨਾਲ ਫੋਨ ਕਰ ਰਹੇ ਹਾਂ, ਜਿੱਥੇ ਜੋ ਕੰਮ ਕਰਾਉਣਾ ਹੈ, ਜੋ ਰਿਕਮੈਂਡੇਸ਼ਨ ਦੇਣੀਆਂ ਨੇ ਉਹ ਕਰ ਰਹੇ ਹਾਂ। ਇਹਦੇ ਨਾਲ ਸਾਡਾ ਜਿਹੜਾ ਹੈ ਇੱਕ ਇਤਫਾਕ, ਇੱਕ ਬੋਂਡਿੰਗ ਜਿਹੜੀ ਹੈ ਉਹ ਪਬਲਿਕ ਨਾਲ ਬਣੀ ਰਹਿੰਦੀ ਹੈ, ਔਰ ਇਹੀ ਸਾਡਾ ਜਿਹੜਾ ਹੈਗਾ ਸਾਡੀ ਡਿਊਟੀ। ਕਲੋਨੀਆਂ ਦੇ ਵਿੱਚ ਵੀ ਕੋਈ ਕੈਂਪ ਕੁੰਪ ਲਗਾਏ ਜਾਂਦੇ, ਜਿਵੇਂ ਪਹਿਲਾਂ ਵੀ ਆਪਣੇ ਚੱਲ ਰਹੇ ਸੀ, ਜਾਂ ਇਸ ਤੋਂ ਇਲਾਵਾ ਵੀ ਕੋਈ ਚੱਲ ਰਿਹਾ ਕੋਈ ਕਿਸੇ, ਕਿਉਂਕਿ ਜ਼ਿਆਦਾਤਰ ਇਹੋ ਜਿਹੇ ਕੰਮ ਹੁੰਦੇ ਜਿਹੜੀ ਕੈਂਪ ਦੇ ਵਿੱਚ ਵੀ ਨਿਬੜ ਜਾਂਦੇ, ਲੋਕਾਂ ਨੂੰ ਦਫ਼ਤਰਾਂ 'ਚ ਖੱਜਲ ਖੁਆਰ। ਦੇਖੋ, 18-20 ਜਿਹੜੇ ਅਸੀਂ ਜਨਸੁਦਾ ਕੈਂਪ ਜਿਹੜੇ ਆਲਰੇਡੀ ਲਗਾ ਚੁੱਕੇ ਹਾਂ ਸਿਟੀ ਦੇ ਵਿੱਚ, ਹੁਣ ਮੌਨਸੂਨ ਸੀਜ਼ਨ ਦੇ ਵਿੱਚ ਅਸੀਂ ਇਹਨੂੰ ਸਸਪੈਂਡ ਕਰ ਦਿੰਦੇ ਹਾਂ, ਕਿਉਂਕਿ ਕਈ ਵਾਰੀ ਜਿਹੜਾ ਹੈ ਬਰਸਾਤ ਪੈ ਜਾਏ ਤਾਂ ਫਿਰ ਦਿੱਕਤ ਆਉਂਦੀ ਹੈ। ਸੋ ਵੰਸ ਦ ਸੀਜ਼ਨ ਗੈਟਸ ਓਵਰ, ਤਾਂ ਉਸ ਦੁਬਾਰਾ ਜਿਹੜਾ ਸਿਲਸਿਲਾ ਸ਼ਹਿਰ ਦੇ ਵਿੱਚ ਸ਼ੁਰੂ ਹੋ ਜਾਏਗਾ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਔਨ ਏਅਰ ਨਾਲ। ਮੈਂ ਹਾਂ ਚਰਨਜੀਤ ਜੋਸ਼ੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੇ ਇੱਕ ਵਾਅਦਾ ਕੀਤਾ ਗਿਆ ਕਿ ਤੁਹਾਡੀ ਸਰਕਾਰ ਤੁਹਾਡੇ ਦਰਬਾਰ ਦੇ ਤਹਿਤ ਅੱਜ ਪਟਿਆਲਾ ਦੀ ਸਰਕਟ ਹਾਊਸ ਵਿਖੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਜਿਹੜੀ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਹਾਂ ਕਿ ਲੋਕਾਂ ਦੀ ਜਿਹੜੀ ਭੀੜ ਹੈ, ਕਿਉਂਕਿ ਹਰ ਇੱਕ ਦੀ ਕੋਈ ਦੁੱਖ ਹੈ, ਕੋਈ ਤਕਲੀਫ ਹੈ, ਤਾਂ MLA ਸਾਹਿਬ ਪਹਿਲ ਦੇ ਆਧਾਰ ਤੇ ਉਹਨੂੰ ਪੂਰਾ ਕਰਦੇ ਹਾਂ ਸਾਡੇ ਨਾਲ। MLA ਸਾਹਿਬ, MLA ਸਾਹਿਬ, ਜਨਮ ਅਸ਼ਟਮੀ ਦਾ ਦਿਨ ਹੈ, ਪਹਿਲਾਂ ਤਾਂ ਤੁਹਾਨੂੰ ਜਨਮ ਅਸ਼ਟਮੀ ਦੀ ਮੁਬਾਰਕਾਂ ਜੀ। ਤੇ ਦੁਨੀਆ ਬਹੁਤ ਆ ਰਹੀ ਹੈ, ਕਿਵੇਂ ਇਹ ਰੂਟੀਨ ਚੱਲਦਾ ਤੁਹਾਡਾ, ਕਿਆ ਆਫੀਸਰ ਵੀ ਨਾਲ ਹੈ, ਔਰ ਕਿਵੇਂ ਕਿਵੇਂ ਦਾ ਕੰਮ ਕਰ ਰਹੇ ਹੋ? ਦੇਖੋ, ਇਹ ਸਾਡੀ ਸਰਕਾਰ ਦੀ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀਆਂ ਹਦਾਇਤਾਂ ਨੇ, ਜੋ ਰਹਿਨੁਮਾਈ ਸਾਡੀ ਭਗਵੰਤ ਮਾਨ ਜੀ ਸੀਐਮ ਸਾਹਿਬ ਪੰਜਾਬ ਕਰ ਰਹੇ ਨੇ, ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ ਨੇ ਕਿ ਅਸੀਂ ਜਿਹੜਾ ਹੈ ਲੋਕਾਂ ਦੇ ਵਿੱਚ ਰਹਿਣਾ, ਇੱਕ ਕਨੈਕਟ ਬਣਾ ਕੇ ਰੱਖਣਾ ਪਬਲਿਕ ਦੇ ਨਾਲ। ਉਹ ਕਨੈਕਟ ਤਾਂ ਹੀ ਬਣੂਗਾ ਜਦੋਂ ਅਸੀਂ ਉਹਨਾਂ ਦੇ ਵਿੱਚ ਰਹਾਂਗੇ, ਉਹਨਾਂ ਵਰਗੇ ਬਣ ਕੇ ਰਹਾਂਗੇ। ਸੋ ਤੁਸੀਂ ਦੇਖਿਆ ਇੱਥੇ ਮਾਹੌਲ ਬਿਲਕੁਲ ਜਿਹੜਾ ਹੈ ਫੈਮਿਲੀ ਵਾਲਾ ਮਾਹੌਲ ਹੈ। ਹਰ ਬੰਦਾ ਜਿਹੜਾ ਹੈ ਜੀ ਆਇਆਂ ਉਹਨੂੰ ਕੀਤਾ ਜਾਂਦਾ ਹੈ, ਔਰ ਆ ਕੇ ਆਪਣੀ ਗੱਲ ਦੱਸ ਦਿੰਦੇ ਅਤੇ ਨਾਲ ਦੀ ਨਾਲ ਉਸਨੂੰ ਐਡਰੈਸ ਕੀਤਾ ਜਾਂਦਾ ਹੈ। ਤੁਸੀਂ ਖੁਦ ਬੜੀ ਦੇਰ ਦੇ ਬੈਠੇ ਹੋ, ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਵਨ ਆਫਟਰ ਦੀ ਅਦਰ ਇੱਕ ਇੱਕ ਇਸ਼ੂ ਨੂੰ ਨਾਲ ਦੀ ਨਾਲ ਫੋਨ ਕਰ ਰਹੇ ਹਾਂ, ਜਿੱਥੇ ਜੋ ਕੰਮ ਕਰਾਉਣਾ ਹੈ, ਜੋ ਰਿਕਮੈਂਡੇਸ਼ਨ ਦੇਣੀਆਂ ਨੇ ਉਹ ਕਰ ਰਹੇ ਹਾਂ। ਇਹਦੇ ਨਾਲ ਸਾਡਾ ਜਿਹੜਾ ਹੈ ਇੱਕ ਇਤਫਾਕ, ਇੱਕ ਬੋਂਡਿੰਗ ਜਿਹੜੀ ਹੈ ਉਹ ਪਬਲਿਕ ਨਾਲ ਬਣੀ ਰਹਿੰਦੀ ਹੈ, ਔਰ ਇਹੀ ਸਾਡਾ ਜਿਹੜਾ ਹੈਗਾ ਸਾਡੀ ਡਿਊਟੀ। ਕਲੋਨੀਆਂ ਦੇ ਵਿੱਚ ਵੀ ਕੋਈ ਕੈਂਪ ਕੁੰਪ ਲਗਾਏ ਜਾਂਦੇ, ਜਿਵੇਂ ਪਹਿਲਾਂ ਵੀ ਆਪਣੇ ਚੱਲ ਰਹੇ ਸੀ, ਜਾਂ ਇਸ ਤੋਂ ਇਲਾਵਾ ਵੀ ਕੋਈ ਚੱਲ ਰਿਹਾ ਕੋਈ ਕਿਸੇ, ਕਿਉਂਕਿ ਜ਼ਿਆਦਾਤਰ ਇਹੋ ਜਿਹੇ ਕੰਮ ਹੁੰਦੇ ਜਿਹੜੀ ਕੈਂਪ ਦੇ ਵਿੱਚ ਵੀ ਨਿਬੜ ਜਾਂਦੇ, ਲੋਕਾਂ ਨੂੰ ਦਫ਼ਤਰਾਂ 'ਚ ਖੱਜਲ ਖੁਆਰ। ਦੇਖੋ, 18-20 ਜਿਹੜੇ ਅਸੀਂ ਜਨਸੁਦਾ ਕੈਂਪ ਜਿਹੜੇ ਆਲਰੇਡੀ ਲਗਾ ਚੁੱਕੇ ਹਾਂ ਸਿਟੀ ਦੇ ਵਿੱਚ, ਹੁਣ ਮੌਨਸੂਨ ਸੀਜ਼ਨ ਦੇ ਵਿੱਚ ਅਸੀਂ ਇਹਨੂੰ ਸਸਪੈਂਡ ਕਰ ਦਿੰਦੇ ਹਾਂ, ਕਿਉਂਕਿ ਕਈ ਵਾਰੀ ਜਿਹੜਾ ਹੈ ਬਰਸਾਤ ਪੈ ਜਾਏ ਤਾਂ ਫਿਰ ਦਿੱਕਤ ਆਉਂਦੀ ਹੈ। ਸੋ ਵੰਸ ਦ ਸੀਜ਼ਨ ਗੈਟਸ ਓਵਰ, ਤਾਂ ਉਸ ਦੁਬਾਰਾ ਜਿਹੜਾ ਸਿਲਸਿਲਾ ਸ਼ਹਿਰ ਦੇ ਵਿੱਚ ਸ਼ੁਰੂ ਹੋ ਜਾਏਗਾ।